ਧਰਤੀ ਤੋਂ ਬਾਹਰ ਵੀ ਕਿਤੇ ਜੀਵਨ ਹੈ ਜਾਂ ਫਿਰ ਨਹੀਂ? ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠਦਾ ਹੈ, ਉੱਥੇ ਹੀ ਦੁਨੀਆ ਭਰ ਦੇ ਵਿਗਿਆਨੀ ਵੀ ਦਹਾਕਿਆਂ 'ਤੇ ਇਸ ਸਵਾਲ ਦਾ ਜਵਾਬ ਲੱਭਣ ਦੇ ਵਿੱਚ ਲੱਗੇ ਹੋਏ ਨੇ। ਇਸ ਦੇ ਨਾਲ ਹੀ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਏਲੀਅਨ ਦੇ ਸਪੇਸ ਸ਼ਿਪ ਦੇਖੇ ਜਾਣ ਦਾ ਦਾਅਵਾ ਵੀ ਕੀਤਾ ਜਾਂਦਾ ਆ, ਪਰ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਹੁਣ ਵਿਗਿਆਨੀਆਂ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕਰਨ ਜਾ ਰਹੇ ਨੇ ਜਿਹੜੇ ਇਸ ਨਾਲ ਬ੍ਰਹਿਮੰਡ ਦੇ ਇੱਕ ਵੱਡੇ ਹਿੱਸੇ 'ਤੇ ਬਹੁਤ ਨੇੜੇ ਤੋਂ ਨਜ਼ਰ ਰੱਖੀ ਜਾ ਸਕਦੀ ਆ। ਦੇਖੋ ਆਖਿਰ ਕੀ ਆ ਪੂਰੀ ਖਬਰ ਅਤੇ ਕੀ ਆ ਪੂਰੀ ਰਿਪੋਰਟ। ਹੁਣ ਵਿਗਿਆਨੀਆਂ ਦੇ ਵੱਲੋਂ ਅਜਿਹਾ ਵਿਸ਼ਾਲ ਕੈਮਰਾ ਤਿਆਰ ਕਰ ਲਿਆ ਗਿਆ ਜਿਸ ਦੇ ਜ਼ਰੀਏ ਬ੍ਰਹਿਮੰਡ ਦੀਆਂ ਗਤੀਵਿਧੀਆਂ ਤੇ ਬਰੀਕੀ ਦੇ ਨਾਲ ਨਜ਼ਰ ਰੱਖੀ ਜਾਵੇਗੀ। ਬ੍ਰਹਿਮੰਡ ਦੇ ਵਿੱਚ ਮੌਜੂਦ ਪ੍ਰਮੁੱਖ ਗ੍ਰਹਿਆਂ ਤੇ ਜੋ ਵੀ ਗਤੀਵਿਧੀਆਂ ਹੋਣਗੀਆਂ ਉਹ ਵਿਗਿਆਨੀਆਂ ਨੂੰ ਝਟਪਟ ਪਤਾ ਚੱਲ ਜਾਣਗੀਆਂ। ਯਾਨੀ ਕਿ ਇਸ ਕੈਮਰੇ ਦੇ ਸਥਾਪਿਤ ਹੋਣ ਮਗਰੋਂ ਏਲੀਅਨਸ ਦੀ ਸੱਚਾਈ ਵੀ ਸਾਹਮਣੇ ਆਵੇਗੀ। ਅੱਜ ਤੱਕ ਧਰਤੀ ਤੇ ਕਿਸੇ ਨੇ ਏਲੀਅਨਸ ਦੇ ਨਾਲ ਸੰਪਰਕ ਨਹੀਂ ਕੀਤਾ, ਪਰ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਏਲੀਅਨਸ ਦੀ ਖੋਜ ਇੱਕ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਦੂਰ ਦੁਰਾਡੇ ਪਲਾਟ ਦੇ ਵਿੱਚ ਏਲੀਅਨ ਦੀ ਖੋਜ ਦੇ ਲਈ ਸ਼ੁਰੂ ਕੀਤੇ ਗਏ ਦੁਨੀਆ ਦੇ ਸਭ ਤੋਂ ਵੱਡੇ ਵਿਗਿਆਨਿਕ ਪ੍ਰੋਜੈਕਟ ਬ੍ਰੇਕ ਥਰੂ ਲਿਸੇਨ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਈ ਤਕਨੀਕਾਂ ਵਿਕਾਸ ਬ੍ਰਹਿਮੰਡ ਦੇ ਵਿੱਚ ਖੋਜ ਦੀ ਦਿਸ਼ਾ ਬਦਲਣ ਵਾਲੇ ਨੇ। ਇੱਕ ਰਿਪੋਰਟ ਮੁਤਾਬਿਕ ਇਹਨਾਂ ਖੋਜਾਂ ਨੂੰ ਲੈ ਕੇ ਵਿਗਿਆਨੀਆਂ ਦੇ ਇੱਕ ਵੱਡੇ ਸੰਗਠਨ ਦੇ ਵਿਚਾਲੇ ਸਾਲਾਨਾ ਸੰਮੇਲਨ ਵਿੱਚ ਚਰਚਾ ਹੋਵੇਗੀ ਜੋ ਇਸ ਹਫ਼ਤੇ ਬ੍ਰਿਟੇਨ ਦੇ ਵਿੱਚ ਪਹਿਲੀ ਵਾਰ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਕਰਵਾਇਆ ਜਾ ਰਿਹਾ। ਇਸ ਸੰਮੇਲਨ ਦੇ ਵਿੱਚ ਖੰਗੋਲ ਮਾਹਿਰਾਂ ਤੋਂ ਲੈ ਕੇ ਜੀਵ ਵਿਗਿਆਨੀਆਂ ਤੱਕ ਸੈਂਕੜੇ ਵਿਗਿਆਨੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਬ੍ਰੇਕ ਥਰੂ ਲਿਸੇਨ ਦੇ ਇੱਕ ਪ੍ਰੋਜੈਕਟ ਵਿਗਿਆਨੀ ਖੰਗੋਲ ਮਾਹਿਰ ਸਵੀਟ ਕ੍ਰਾਫਟ ਨੇ ਆਖਿਆ ਕਿ ਅਜਿਹੀਆਂ ਬਹੁਤ ਸਾਰੀਆਂ ਅਦਭੁਤ ਤਕਨੀਕਾਂ ਵਿਕਾਸ ਦੇ ਅਧੀਨ ਚੱਲ ਰਹੀਆਂ ਨੇ, ਜਿਵੇਂ ਕਿ ਚਿਲੀ, ਅਫਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਵਿਸ਼ਾਲ ਨਵੀਆਂ ਦੂਰਬੀਨਾਂ ਦਾ ਨਿਰਮਾਣ ਕੀਤਾ ਜਾ ਰਿਹਾ। ਉੱਥੇ ਹੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਤਕਨੀਕਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ। ਇਹ ਬੇਮਿਸਾਲ ਤਕਨੀਕਾਂ ਏਲੀਅਨ ਸੱਭਿਅਤਾ ਨੂੰ ਲੱਭਣ ਦੇ ਵਿੱਚ ਸਾਡੇ ਪੁਰਾਣੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਣਗੀਆਂ। ਇੱਕ ਜਾਣਕਾਰੀ ਦੇ ਅਨੁਸਾਰ ਇਹਨਾਂ ਨਵੇਂ ਉਪਕਰਨਾਂ ਦੇ ਵਿੱਚ ਸੈਂਕੜੇ ਰੇਡੀਓ ਦੂਰਬੀਨਾਂ ਤੋਂ ਬਣਿਆ ਸਕਵਾਇਰ ਕਿਲੋਮੀਟਰ ਐਰੇ ਸ਼ਾਮਲ ਹੈ ਜੋ ਦੱਖਣ ਅਫਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਤਿਆਰ ਕੀਤਾ ਜਾ ਰਿਹਾ। ਇਹ ਦੁਨੀਆ ਦੀ ਸਭ ਤੋਂ ਵੱਡੀ ਰੇਡੀਓ ਖੰਗੋਲ ਵਿਗਿਆਨੀ ਸੁਵਿਧਾ ਹੋਵੇਗੀ। ਇਸ ਦੇ ਨਾਲ ਹੀ ਚਿਲੀ ਦੇ ਵਿੱਚ ਵੇਰਾ ਰੂਬਿਨ ਵੇਦਸ਼ਾਲਾ ਬਣਾਈ ਜਾ ਰਹੀ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਕੈਮਰਾ ਹੋਵੇਗਾ। ਇਹ ਹਰ 3-4 ਰਾਤਾਂ ਦੇ ਵਿੱਚ ਪੂਰੇ ਆਕਾਸ਼ ਦੀ ਤਸਵੀਰ ਬਣਾਉਣ ਦੇ ਵਿੱਚ ਸਮਰੱਥ ਹੋਵੇਗਾ। ਇਸ ਦੇ ਨਾਲ ਲੱਖਾਂ ਨਵੀਆਂ ਆਕਾਸ਼ ਗੰਗਾਵਾਂ ਅਤੇ ਤਾਰਿਆਂ ਦੀ ਖੋਜ ਵਿੱਚ ਮਦਦ ਮਿਲਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਆ। ਵਿਗਿਆਨੀ ਸਵੀਟ ਕ੍ਰਾਫਟ ਨੇ ਆਖਿਆ ਕਿ ਦੋਵੇਂ ਸਹੂਲਤਾਂ ਅਗਲੇ ਕੁਝ ਸਾਲਾਂ ਦੇ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਣਗੀਆਂ ਅਤੇ ਦੋਵੇਂ ਹੀ ਬ੍ਰੇਕ ਥਰੂ ਲਿਸੇਨ ਦੇ ਲਈ ਡਾਟਾ ਪ੍ਰਦਾਨ ਕਰਨਗੀਆਂ। ਇਹਨਾਂ ਵਿਸ਼ਾਲ ਸੂਚਨਾ ਸਮੂਹਾਂ ਦੇ ਅਧਿਐਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਏਲੀਅਨ ਸਭਿਅਤਾਵਾਂ ਦੀ ਖੋਜ ਨੂੰ ਵਧੇਰੇ ਸ਼ਕਤੀ ਦੇਵੇਗੀ। ਉਹਨਾਂ ਆਖਿਆ ਕਿ ਹੁਣ ਤੱਕ ਅਸੀਂ ਏਲੀਅਨਸ ਵੱਲੋਂ ਉਹਨਾਂ ਦੀ ਹੋਂਦ ਦੀ ਐਡ ਕਰਨ ਲਈ ਜਾਣ ਬੁੱਝ ਕੇ ਭੇਜੇ ਗਏ ਸੰਕੇਤਾਂ ਦੀ ਭਾਲ ਕਰਨ ਤੱਕ ਸੀਮਿਤ ਰਹੇ ਹਾਂ, ਪਰ ਪਹਿਲੀ ਵਾਰ ਇਹ ਨਵੀਆਂ ਤਕਨੀਕਾਂ ਇੰਨੀਆਂ ਸੰਵੇਦਨਸ਼ੀਲ ਹੋਣ ਜਾ ਰਹੀਆਂ ਨੇ ਕਿ ਅਸੀਂ ਜਾਣਬੁੱਝ ਕੇ ਕੀਤੇ ਗਏ ਪ੍ਰਸਾਰਣਾਂ ਦੇ ਉਲਟ ਅਣਜਾਣੇ ਦੇ ਵਿੱਚ ਕੀਤੇ ਗਏ ਪ੍ਰਸਾਰਣਾਂ ਦਾ ਪਤਾ ਲਗਾਉਣ ਦੇ ਵਿੱਚ ਸਮਰੱਥ ਹੋਵਾਂਗੇ। ਇਹਨਾਂ ਵਿਸ਼ਾਲ ਕੈਮਰਿਆਂ ਜ਼ਰੀਏ ਪੁਲਾੜ ਦੇ ਵਿੱਚ ਮੌਜੂਦ ਦੁਰਲੱਭ ਰਸਾਇਣਾਂ ਅਤੇ ਧਾਤਾਂ ਦੇ ਖਜ਼ਾਨਿਆਂ ਦਾ ਵੀ ਪਤਾ ਚੱਲ ਸਕਦਾ ਹੈ
ਜਿਸ ਦੇ ਨਾਲ ਧਰਤੀ ਵਾਸੀਆਂ ਦੇ ਭਾਗ ਖੁੱਲ ਸਕਦੇ ਨੇ। ਸੋ ਵਿਗਿਆਨੀਆਂ ਦੀ ਇਸ ਖੋਜ ਬਾਰੇ ਤੁਹਾਡਾ ਕੀ ਮੰਨਣਾ, ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ। ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ TV।